सो हे गाइस, वेलकम बैक टू माय चैनल। स्वागत करता है ਤੁਹਾਡੇ ਸਾਰਿਆਂ ਦਾ अपने यूट्यूब चैनल ਤੇ। सो ਅੱਜ ਹੀ ਡਾਵਾਂਗੇ ਜੀ ਕੁੱਪ ਜੋ ਮੈਂ ਗਗਨ ਕਾਈਟ ਸੋ ਤੋਂ ਪੰਜਾਬ ਦਾ ਲੈ ਆਇਆ ਤੇ ਚਲੋ ਫਿਰ ਹੁਣ ਤੁਹਾਨੂੰ ਉਡਾ ਕੇ ਵਿਖਾਣੇ। ਇੱਥੇ ਚਲਾਵਾ ਪਾਏ ਕਿਉਂਕਿ ਯਾਰ ਅੱਜ ਤੱਕ ਮੈਂ ਕਦੀ ਜਿਹੜਾ ਕੁੱਪ ਹੈਗਾ ਨਹੀਂ ਡਾਇਆ, ਠੀਕ ਹੈ ਨਾ। ਇਸ ਲਈ ਯਾਰ ਮੈਨੂੰ ਨਹੀਂ ਪਤਾ ਕਿ ਇੱਥੇ ਚਲਾਵਾਂ ਕਿੱਦਾਂ ਪਾਈ ਦੀ ਆ, ਪਰ ਮੇਰੇ ਹਿਸਾਬ ਨਾਲ ਅੱਧਾ ਹੀ ਪੈਂਦੀ ਹੋਣੀ ਜਿਵੇਂ ਪਤੰਗ 'ਚ ਪੈਂਦੀ ਹੈ, ਠੀਕ ਹੈ ਨਾ। ਅਤੇ ਚਲੋ ਇਹ 'ਚ ਪਹਿਲਾਂ ਤਲਾਵਾਂ ਪਾਈਏ ਅਤੇ ਤਲਾਵਾਂ ਪਾ ਕੇ ਤੁਹਾਨੂੰ ਮਿਲਣਾ। ਅਤੇ ਯਾਰ ਅੱਜ ਮਾਹੌਲ ਵੀ ਕੁਛ ਇੰਨਾ ਖਾਸ ਨਹੀਂ ਹੈ, ਤੁਹਾਨੂੰ ਪਤਾ ਜਿਵੇਂ ਧੁੰਦਾਂ ਪੈ ਗਈਆਂ, ਫਿਰ ਤੋਂ ਹੁਣ ਸ਼ੁਰੂ ਹੋ ਗਈਆਂ ਧੁੰਦਾਂ ਦੇ ਹਵਾਵਾਂ ਰੁਕ ਗਈਆਂ ਦਾ ਹਵਾ ਘੱਟ ਹੈ, ਠੀਕ ਹੈ ਨਾ। ਤੁਸੀਂ ਵੇਖ ਸਕਦੇ ਹੋ ਲੱਗ ਜਾਗੇ ਦਾ ਮਾਹੌਲ, ਅਤੇ ਜੋ ਵੀ ਹਵਾ ਥੋੜ੍ਹੀ ਵਧੇਗੀ ਉਦੋਂ ਅਸੀਂ ਕੁੱਪ ਨੂੰ ਉਡਾਵਾਂਗੇ, ਠੀਕ ਹੈ। ਅਤੇ ਹਜੇ ਫਿਲਹਾਲ ਕੁੱਪ 'ਚ ਤਲਾਵਾਂ ਪਾਈਏ ਕਿਉਂਕਿ ਮੈਂ ਕਦੀ ਯਾਰ ਕੁੱਪ ਉਡਾਈ ਨਹੀਂ, ਐਸ 'ਚ ਵੇਖੀ ਹੋਈ ਹੈ, ਫੜੀ ਵੀ ਹੋਈ ਹੈ, ਮਤਲਬ ਰੂਮ ਕੇ ਲਿਆਂਦੀ ਪਰ ਟੁੱਟ ਗਈ ਰਾਹ 'ਚ ਹੀ, ਅਤੇ ਉਡਾਈ ਨਹੀਂ ਐਸ 'ਚ। ਚਲੋ ਇਹ 'ਚ ਪਾਈਏ ਤਲਾਵਾਂ, ਅਤੇ ਤਲਾਵਾਂ ਪਾ ਕੇ ਤੁਹਾਨੂੰ ਮੈਂ ਮਿਲਦਾ। ਸੋ ਯਾਰ ਇਹ 'ਚ ਮੈਂ ਤਲਾਵਾਂ ਪਾ ਲਈਆਂ, ਤੁਸੀਂ ਵੇਖ ਸਕਦੇ ਹੋ, ਤੁਹਾਨੂੰ ਦਿਖਾਉਣਾ ਡਬਲ ਤਲਾਵਾਂ ਪਾਉਂਦਾ ਯਾਰ ਮੈਂ ਮੋਸਟਲੀ ਡਬਲ ਤਲਾਵਾਂ ਪਾਉਂਦਾ, ਠੀਕ ਹੈ। ਅਤੇ ਤੁਸੀਂ ਵੀ ਯਾਰ ਡਬਲ ਪਾਇਆ ਕਰੋ ਕਿਉਂਕਿ ਜਦ ਤਲਾਵਾਂ ਦਾ ਪੇਚਾ ਲੱਗੇ ਤਾਂ ਯਾਰ ਫਿਰ ਬਹੁਤ ਹੁੰਦਾ, ਰਿਸਕ ਘੱਟ ਹੁੰਦਾ, ਠੀਕ ਹੈ ਨਾ। ਅਤੇ ਫਿਲਹਾਲ ਹਵਾ ਬਿਲਕੁਲ ਨਹੀਂ ਚੱਲਦੀ ਪਈ, ਅਤੇ ਚਲੋ ਫਿਰ ਹੁਣ ਜਦ ਹਵਾ ਚੱਲਦੀ ਉਦੋਂ ਅਸੀਂ ਇਹ ਕੁੱਪ ਨੂੰ ਉਡਾਉਂਦੇ ਹਾਂ, ਜੇ ਚੱਲੇਗੀ। ਅਤੇ ਜੇ ਨਹੀਂ ਚੱਲੇਗੀ ਤਾਂ ਫਿਰ ਮੈਂ ਕੱਲ੍ਹ ਪਰਸੋਂ ਤੱਕ ਦਿਨ ਮੈਂ, ਠੀਕ ਹੈ, ਕੱਲ੍ਹ ਮਤਲਬ ਹਵਾ ਨਹੀਂ ਚੱਲੀ ਤਾਂ ਅੱਜ ਮੰਡੇ ਆ, ਠੀਕ ਹੈ, ਨੈਕਸਟ ਡੇ ਅਤੇ ਕੁੱਪ ਆਪਣਾ ਉਡਾਤਾ। ਕੁੱਪ ਪੂਰਾ ਖਰਾਬ ਜੇ, ਮਤਲਬ ਇੱਕ ਇੱਕ ਹੁੰਦੇ ਆ ਘੁੰਮੀ ਆਉਂਦੇ ਇੱਕ ਪਾਸੇ ਨੂੰ, ਠੀਕ ਹੈ। ਅਤੇ ਚਲੋ ਇਹਨੂੰ ਵਧਾ ਕੇ ਫਿਰ ਤੁਹਾਨੂੰ ਮੈਂ ਦੱਸਦਾ। ਕੁੱਪ ਬਹੁਤ ਖਰਾਬ ਯਾਰ, ਬਹੁਤ ਖਰਾਬ ਕੁੱਪ, ਬਹੁਤ ਭਾਰਾ ਵੀ, ਹੱਦੋਂ ਵੱਧ ਭਾਰਾ। ਚਲੋ ਕੁੱਪ ਤਾਂ ਭਾਰਾ ਹੀ ਹੁੰਦਾ ਪਰ ਖਰਾਬ ਬਹੁਤ। ਚਲੋ ਇਹਨੂੰ ਵਧਾ ਕੇ ਤੁਹਾਨੂੰ ਮੈਂ ਮਿਲਦਾ। ਸੋ ਯਾਰ ਤੁਸੀਂ ਦੇਖ ਸਕਦੇ ਹੋ ਕੁੱਪ ਨੂੰ ਮੈਂ ਥੋੜ੍ਹਾ ਵਧਾ ਲਿਆ, ਠੀਕ ਹੈ। ਅੱਗੇ ਗੁੱਡੀਆਂ ਉੱਡਣ ਦੀਆਂ ਬਟ ਕੁੱਪ ਯਾਰ ਪੂਰਾ ਖਰਾਬ ਹੈਗਾ ਯਾਰ ਹੁਣ, ਮਤਲਬ ਪਿਛਲੇ ਸਾਲ ਕੀ ਇੱਦਾਂ ਦਾ ਹੀ ਯਾਰ ਕੁੱਪ। ਮੈਂ ਜਿੰਨੇ ਵੀ ਮਤਲਬ ਉਹਨੇ ਵੀ ਢਾਏ ਜਾਂ ਮੈਂ ਵੀ ਢਾਏ, ਕੁੱਪ ਖਰਾਬ ਹੀ ਨਿਕਲੇ ਯਾਰ ਅੱਜ ਤੱਕ। ਅਤੇ ਚਲੋ ਫਿਲਹਾਲ ਹੈ ਕੁੱਪ ਨੂੰ ਲਾਇਆ ਜਾਏ, ਠੀਕ ਹੈ ਨਾ। ਅਤੇ ਹੁਣ ਅਸੀਂ ਅਗਲਾ ਉਡਾਉਂਦੇ ਹਾਂ, ਆਪਣਾ ਛੋਟੀ ਗੁੱਡੀ ਉਡਾਉਂਦੇ ਹਾਂ 40 ਵਾਲੇ ਸਾਈਜ਼ ਦੀ, ਅਤੇ ਉਹਨਾਂ ਲਾਉਂਦੇ ਹਾਂ ਅੱਗੇ। ਉਹ ਪਹਿਲਾਂ ਉਹਨੂੰ ਕੁੱਪ ਨੂੰ ਲਾਵਾਂ ਖਰਾਬ ਜੇ ਨੂੰ, ਲੋਹੜੀ ਵਾਸਤੇ ਰੱਖਿਆ ਰੱਖ ਲੈਂਦਾ ਅਜੇ ਵੀ ਲੋਹੜੀ ਵਾਸਤੇ, ਪਰ ਫਿਰ ਵੀ ਵੇਖਾਂਗਾ ਉਡਾ ਰਹਾਂਗਾ ਕਿ ਨਹੀਂ ਕਿਉਂਕਿ ਸਹੀ ਨਹੀਂ ਹੈਗਾ ਯਾਰ। ਹੁਣ ਵੇਖੋ ਮੈਂ 40 ਵਾਲੀ ਗੁੱਡੀ ਉਡਾਉਣ ਲੱਗਾ, ਹੁਣ ਸ਼ਾਮਾਂ ਦੇ ਟਾਈਮ ਹੈ ਤਾਂ ਥੋੜ੍ਹੀ ਹਵਾ ਚੱਲਦੀ। ਅਤੇ ਕੁਆਲਿਟੀ ਚੈੱਕ ਕਰੋ ਯਾਰ ਗੁੱਡੀ ਦੀ, ਤੁਸੀਂ ਤੀਲਾ ਦਾ ਪੇਪਰ ਵੇਖੋ ਕਿੰਨਾ ਅੰਡਾ, ਮੈਨੂੰ 7 ਰੁਪਏ ਦੀ ਪਈ ਹੈ, ਠੀਕ ਹੈ। ਜਿੱਧਰੋਂ ਮੈਂ ਲਿਆਉਂਦੀ ਉਹਦੀ ਮੈਂ ਤੁਹਾਨੂੰ ਵੀਡੀਓ ਵੀ ਬਣਾ ਦਾਂਗਾ ਜੇ ਇੱਥੇ। ਤੁਹਾਨੂੰ ਪਤਾ ਜਿਵੇਂ ਕਿ ਹਵਾ ਬੰਦ ਹੋ ਗਈ, ਤੇ ਇਸ ਲਈ ਮੈਨੂੰ ਇੱਥੇ ਹੀ ਵੀਡੀਓ ਨੂੰ ਐਂਡ ਕਰਨਾ ਪੈਂਦਾ।